ਕਿਉਂਕਿ ਉਦੋਂ ਜਿੰਨੇ ਵੀ ਦਰਸ਼ਕ NNR ਨਿਊਜ਼ ਨਾਲ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। NNR ਨਿਊਜ਼ ਦੀ ਜੋ ਟੀਮ ਹੈ ਪਿੰਡ ਗੱਗੜਵਾਲ ਜੋ ਕਿ ਨਕੋਦਰ ਦੇ ਬਿਲਕੁਲ ਨਜ਼ਦੀਕ ਹੈ। ਦੂਸਰੀ ਗੱਲ ਕਿ ਅੱਜ ਇੱਕ ਅਜਿਹੇ ਸ਼ਖਸ ਦੇ ਨਾਲ ਅਸੀਂ ਮਿਲਾਉਣ ਤੋਂ ਨੂੰ ਜਾ ਰਹੇ ਹਾਂ। ਕਈ ਲੋਕ ਕਈ ਬਾਈ ਤਾਂ ਕਹਿੰਦੇ ਆ ਕਿ ਬਈ ਕੇਸ ਮੱਖਣ ਵਾਲੀ ਸ਼ਕਲ ਵੀ ਮਿਲਦੀ ਆ, ਪਰ ਮਿਲਦੀ ਵੀ ਜ਼ਰੂਰ ਆ। ਪਰ ਦੋ ਪਹਿਲੂ ਨੇ ਅੱਜ, ਉਹ ਗਾਉਂਦੇ ਵੀ ਆ, ਸਿੰਗਰ ਵੀ ਆ, ਔਰ ਦੂਜੀ ਗੱਲ ਕਿ ਉਹ ਬਾਈ ਜੀ ਏਜੰਟਾਂ ਦੇ ਸਤਾਏ ਹੋਏ ਵੀ ਆ। ਅੱਜ ਵੀ ਟਰੈਵਲ ਏਜੰਟ ਬਹੁਤ ਸਾਰੇ ਕਹਿ ਸਕਦਾ ਠੱਗੀ ਮਾਰਦੇ ਆ, ਤਸੀਹੇ ਦਿੰਦੇ ਆਮ ਲੋਕਾਂ ਨੂੰ, ਜਿਨ੍ਹਾਂ ਨੂੰ ਆਮ ਨੌਜਵਾਨਾਂ ਨੂੰ ਜੋ ਕਿ ਪਹਿਲਾਂ ਹੀ ਇੱਥੇ ਰੁਜ਼ਗਾਰ ਨਹੀਂ ਹੁੰਦਾ, ਰੁਜ਼ਗਾਰ ਦੀ ਭਾਲ ਦੇ ਲਈ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਤਾਂ ਅੱਜ ਬਾਈ ਟਰਾਲਿਆਂ ਦਾ ਮਾਲਕ ਹੈ, ਕੋਈ ਟਾਈਮ ਸੀ ਉਹ ਬੜਾ ਦਰਦ ਹੰਡਾਇਆ ਅਤੇ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਕਿ ਸਾਹਮਣੇ 4 ਟਰੈਕਟਰ ਵੀ ਖੜ੍ਹਾ, ਔਰ ਇੱਕ ਨਹੀਂ ਕਿ ਵੱਡੀ ਕਹਿ ਸਕਦੇ ਕਿ ਚਾਚੇ ਤਾਏ ਮੈਂ, ਅਤੇ ਇਹਨਾਂ ਦੀਆਂ ਵੀ ਦੇਖੋ ਕੋਠੀਆਂ ਦਾ ਅੱਜ ਵੀ ਇੱਥੇ ਹੀ ਮਾਲਕ ਹੈ। ਤਾਂ ਬਾਈ ਜੀ ਨੇ ਜਦੋਂ ਫੋਨ ਕੀਤਾ ਕਹਿੰਦਾ ਕਿ ਬਸ ਸਵੇਰੇ ਮੈਂ ਚਲਾ ਜਾਣਾ, ਅਤੇ NNR ਨਿਊਜ਼ ਦੀ ਟੀਮ ਨੇ ਸੋਚਿਆ ਕਿ ਇਹ ਚੀਜ਼ ਦਿਖਾਉਣੀ ਚਾਹੀਦੀ ਹੈ। ਤਾਂ ਬਾਈ ਜੀ ਸਾਡੇ ਨਾਲ ਸਵਾਗਤ ਕਰਾਂਗੇ। ਵੀਰ ਜੀ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਇਆਂ ਦਾ, NNR ਵਾਲਿਆਂ ਦਾ, ਸਾਰੇ ਚੈਨਲ ਵਾਲਿਆਂ ਦਾ। ਸਭ ਤੋਂ ਪਹਿਲਾਂ ਥੈਂਕ ਯੂ ਜੋ ਮੇਰੇ ਪਿੰਡ ਆਏ ਆ ਸਾਰਾ ਕੁਝ ਦਿਖਾਉਣ ਲਈ, ਅਤੇ ਬਹੁਤ ਬਹੁਤ ਧੰਨਵਾਦ ਜੀ। ਹੋਰ ਬਾਈ ਜੀ ਸੁਣਾਓ, ਠੀਕ ਠਾਕ ਹੋ? ਹਾਂਜੀ ਹਾਂਜੀ ਭਾਅ ਜੀ ਠੀਕ ਠਾਕ ਆ ਸਾਰੇ, ਬਹੁਤ ਵਧੀਆ। ਤੁਸੀਂ ਸੁਣਾਓ ਕਿੱਦਾਂ? ਭਾਅ ਜੀ ਕਿੱਦਾਂ, ਮੇਰੇ ਮੂੰਹ ਤੋਂ ਪਹਿਲਾਂ ਹੀ ਨਿਕਲਿਆ ਕਹਿੰਦੇ ਮੈਂ ਕੇਸ ਮੱਖਣ ਵਾਲੀ ਸ਼ਕਲ ਮਿਲਦੀ ਹੈ, ਇੱਦਾਂ ਵੀ ਸ਼ੁਰੂਆਤ ਗੱਲਬਾਤ ਕਰਾਂਗੇ, ਇੱਥੋਂ ਕਰ ਲੈਂਦੇ ਹਾਂ। ਅਤੇ ਕਈਆਂ ਨੂੰ ਲੱਗਦਾ ਭੁਲੇਖਾ ਵੀ ਪੈਂਦਾ ਹੋਊਗਾ? ਨਹੀਂ ਭਾਅ, ਕਈਆਂ ਨੂੰ ਭੁਲੇਖਾ ਬਹੁਤ ਪੈਂਦਾ ਭਾਅ ਜੀ, ਜਿੱਦਾਂ ਉੱਧਰ ਇੰਗਲੈਂਡ 'ਚ ਬਹੁਤ ਪੈਂਦਾ, ਇੱਥੇ ਵੀ ਕਈਆਂ ਨੂੰ ਪੈ ਜਾਂਦਾ ਜਿੱਦਾਂ ਭੁਲੇਖਾ ਨਾ, ਅਤੇ ਕੁਦਰਤੀ ਰੱਬ ਵੱਲੋਂ ਕਈ ਵਾਰੀ ਹੁੰਦਾ ਮਾੜਾ ਮੋਟਾ ਫੇਸ ਮੈਚ, ਉੱਦਾਂ ਜਿੱਦਾਂ ਨਹੀਂ ਮੰਦਰਾ ਜਾਂ ਕਿਸੇ ਨਾਲ ਮਿਲ ਮੁਲ ਜਾਂਦਾ, ਮਿਲ ਜਾਂਦਾ। ਹਾਂਜੀ ਹਾਂਜੀ, ਉੱਦਾਂ ਨਹੀਂ ਹੁੰਦਾ ਭਾਅ ਜੀ। ਉਹੀ ਆਪਾਂ ਸ਼ੁਰੂ ਕਰਦੇ ਹਾਂ, ਬੜੇ ਦਰਦ ਹੰਡਾਇਆ ਇਸ ਇੰਟਰਵਿਊ ਤੁਸੀਂ ਪਹਿਲਾਂ ਦੱਸਿਆ ਵੀ ਆ, ਅਤੇ ਸ਼ੁਰੂਆਤ ਕਰਦੇ ਹਾਂ ਜਦੋਂ ਇੰਡੀਆ ਤੋਂ ਇੰਗਲੈਂਡ ਦਾ ਸਫ਼ਰ ਤੁਹਾਡਾ ਸ਼ੁਰੂਆਤ ਹੋਈ, ਤਾਂ ਕਿਸ ਤਰ੍ਹਾਂ ਦਾ ਸਫ਼ਰ ਸੀ, ਕਿੱਦਾਂ ਏਜੰਟ ਨਾਲ ਗੱਲ ਹੋਈ, ਕਿਸ ਨੇ ਮਿਲਾਇਆ ਸੀ, ਔਰ ਕਿੰਨੇ ਪੈਸੇ ਲੱਗੇ ਸੀ? ਏਜੰਟ ਤਾਂ ਭਾਅ ਜੀ ਉਹ ਟਾਈਮ 'ਚ ਮੈਂ 99 'ਚ ਗਿਆ ਸੀਗਾ, ਅਤੇ ਉਹਦੇ ਵਿੱਚ ਉਦੋਂ ਸੀਗਾ ਏਜੰਟ ਇੱਥੋਂ ਦੇ ਲੋਕਲ ਸੀਗੇ ਫਗਵਾੜੇ ਦੇ, ਤਾਂ ਪਰ ਉਦੋਂ ਵੀ ਅਸੀਂ ਡੌਂਕੀਆਂ ਥਰੂ ਹੀ ਗਏ ਸੀਗੇ। ਏਜੰਟ ਨੇ ਇੱਥੋਂ ਸਾਨੂੰ ਕਿਹਾ ਸੀ ਵੀ ਤੁਸੀਂ ਡਾਇਰੈਕਟ ਜਾਣਾ, ਪਰ ਡਾਇਰੈਕਟ ਹੀ ਨਹੀਂ, ਉਦੋਂ ਚਾੜੇ ਸੀ, ਤਾਂ ਫਿਰ ਉਹਨੇ ਇੱਥੇ ਸਾਨੂੰ ਅਫਗਾਨਿਸਤਾਨ ਲੱਗ ਗਏ, ਤੁਰਕਮਿਸਤਾਨ, ਉੱਥੇ ਜਾ ਕੇ ਤਾਰਤਾ ਸੀਗਾ, ਤਾਂ ਫਿਰ ਉੱਥੇ ਜਾ ਕੇ ਬਾਅਦ 'ਚ ਭੱਜ ਪੁੱਜ ਗਏ, ਮਗਰੋਂ ਫਿਰ ਉੱਥੋਂ ਏਜੰਟ ਹੀ ਆਪ ਕੀਤਾ, ਫਿਰ ਅਗਾਂਹ ਡੌਂਕੀਆਂ ਦੇ ਥਰੂ ਹੀ ਅਗਾਂਹ ਜਰਮਨ ਤਾਂ ਹੀ ਗਏ ਸੀਗੇ। ਅੱਛਾ ਬਾਈ ਜੀ, ਕਦੋਂ ਇੱਥੋਂ ਸ਼ੁਰੂਆਤ, ਇੱਥੋਂ ਤੁਸੀਂ ਜਦੋਂ ਗਏ ਹੋ, ਤੁਸੀਂ ਇੱਥੋਂ ਚਲੇ ਜਾਂਦੇ ਹੋ, ਤਾਂ ਪਹਿਲੀ ਗੱਲ ਕਹਿੰਦੇ ਕਿ ਸੰਪਰਕ ਅੱਜ ਤਾਂ ਅੱਜ ਦੇ ਦਿਨ ਦੇ ਵਿੱਚ ਹੁੰਦਾ ਕਿ ਏਜੰਟ ਨਾਲ ਕੋਈ ਮਿਲਾਉਂਦਾ, ਕਿਸੇ ਨੇ ਮਿਲਾਇਆ ਸੀ ਕਿ ਆਪਣੇ ਆਪ ਹੀ ਉਸ ਏਜੰਟ ਤੱਕ ਪਹੁੰਚ ਗਈ? ਕਿਸੇ ਦੇ ਥਰੂ ਹੀ ਗਏ ਸੀ ਭਾਅ ਜੀ, ਜਿੱਦਾਂ ਕਿਸੇ ਨੇ ਮਿਲਾਇਆ ਸੀ ਉਹ ਬੰਦਾ। ਹਾਂਜੀ ਹਾਂਜੀ, ਕਿਸੇ ਨੇ ਮਿਲਾਇਆ ਸੀਗਾ ਜੀ। ਇੱਥੋਂ ਜਦੋਂ ਅਸੀਂ ਜਹਾਜ਼ 'ਤੇ ਚੜ੍ਹੇ ਸੀ ਆਪਾਂ ਗੱਲ ਕਰੀਏ, ਤਾਂ ਉਹ ਕਿੱਥੋਂ ਫਲੈਟ ਕਿੱਥੋਂ ਦੀ ਸੀ ਉਹ ਇੱਥੋਂ ਭਾਅ ਜੀ ਦਿੱਲੀ ਤੋਂ ਸਾਨੂੰ ਚਾੜ੍ਹਤਾ ਸੀ ਤੁਰਕਮਿਸਤਾਨ, ਤਾਂ ਇੱਥੋਂ ਦਿੱਲੀਓਂ ਚਾੜਿਆ ਉੱਥੇ ਤੁਰਕਮਿਸਤਾਨ, ਉਹ ਕਹਿੰਦਾ ਵੀ ਉੱਥੇ ਤੁਹਾਡੀ 2 ਘੰਟੇ ਸਟੇਅ ਆ, ਤਾਂ ਅੱਗੋਂ ਤੁਸੀਂ ਜਾ ਕੇ ਸਿੱਧਾ ਅਤੇ ਮਤਲਬ ਕਿ ਡਾਇਰੈਕਟ ਫਲੈਟ ਆ ਲੰਡਨ ਦੀ, ਤਾਂ ਉੱਥੇ ਜਦੋਂ ਗਏ ਉੱਥੇ ਸਾਨੂੰ ਇੱਕ ਕਮਰੇ ਜਿਹੇ 'ਚ ਵਾੜਤਾ ਜਿੱਦਾਂ, ਤਾਂ ਉੱਥੇ ਵਾੜਿਆ, ਤਾਂ ਉੱਥੋਂ ਫਿਰ ਉੱਥੇ ਬੈਠੇ ਰਹੇ ਤਕਰੀਬਨ ਅਸੀਂ 2 ਮਹੀਨੇ। ਦਿੱਲੀਓਂ ਸਿੱਧੀ ਤੁਰਕਮਿਸਤਾਨ ਦੀ, ਠੀਕ ਆ ਜੀ। ਉਸ ਤੋਂ ਅੱਗੇ, ਉਸ ਤੋਂ ਬਸ ਉੱਥੇ ਹੀ ਸਟਾਪ ਹੋ ਗਏ ਜਿੱਦਾਂ, ਤਾਂ ਉੱਥੋਂ ਫਿਰ ਅਸੀਂ ਤਕਰੀਬਨ ਫਿਰ ਆ ਫਿਰ ਫੁਰ ਕੇ ਆਪ ਹੀ ਏਜੰਟ ਲੱਭਿਆ ਜਿੱਦਾਂ, ਤਾਂ ਫਿਰ ਇਹ ਤਾਂ ਭੱਜ ਪੁੱਜ ਗਏ ਸੀ ਮਗਰਲੇ ਸਾਰੇ ਏਜੰਟ ਜਿਹਨਾਂ ਨੇ ਇੱਥੋਂ ਲੈ ਕੇ ਗਏ ਸੀ। ਹਾਂਜੀ ਹਾਂਜੀ, ਉਹ ਭੱਜ ਗਏ, ਉਹ ਭੱਜ ਗਏ ਸੀ ਭਾਅ ਜੀ ਉਹ ਟਾਈਮ 'ਚ, ਤਾਂ ਫਿਰ ਉੱਥੋਂ ਪਾਕਿਸਤਾਨ ਦਾ ਹੀ ਏਜੰਟ ਸ਼ਰਾਜੀ ਜਿੱਦਾਂ, ਅਤੇ ਫਿਰ ਉਹਦੇ ਨਾਲ ਗੱਲ ਹੋਈ ਸਾਡੀ, ਉਹ ਬਹੁਤ ਵਧੀਆ ਬੰਦਾ ਮਿਲਿਆ।
ਤਾਂ ਫਿਰ ਉਹਨੇ ਸਾਨੂੰ ਅਗਾਂਹ ਮਤਲਬ ਕਿ ਜਿੱਦਾਂ ਵੀ ਕੰਟਰੀਆਂ ਗਾ ਪਾਰ ਕਰਾਈਆਂ, ਤੁਰਕਮਿਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ, ਰੇਗਿਸਤਾਨ, ਫਿਰ ਅਗਾਂਹ ਰਸ਼ੀਆ ਵਾੜਿਆ, ਰਸ਼ੀਆ ਤੋਂ ਯੂਕਰੇਨ ਲੈ ਕੇ ਗਿਆ। ਇਹ ਭਾਅ ਜੀ ਸਫ਼ਰ ਸੀਗਾ ਕਿ ਕਹਿੰਦੇ ਘਰਾਂ 'ਚ ਜੰਗਲ ਹੁੰਦਾ, ਕਦੇ ਅਮਰੀਕਾ ਦੇ ਰੁਕੀ ਲਈ ਤਾਂ ਬੜਾ ਔਖਾ ਹੋ ਜਾਂਦਾ, ਜੰਗਲ ਵਗੈਰਾ ਬਹੁਤ ਹੁੰਦੇ ਆ, ਅਤੇ ਰਸਤਾ ਕਿੱਦਾਂ ਸੀ ਉਦੋਂ? ਰਸਤਾ ਭਾਅ ਜੀ ਇਹ ਵੀ ਜੰਗਲਾਂ ਵਾਲਾ ਹੀ ਹੁੰਦਾ, ਪਹਾੜੀ ਜਿੱਦਾਂ ਮਤਲਬ ਕਿ ਬਾਰਡਰ ਜਦੋਂ ਕਰਾਉਂਦੇ ਪਹਾੜਾਂ ਦੇ ਵਿੱਚੋਂ ਵਿੱਚੋਂ ਦੀ ਕਰਾਉਂਦੇ ਜੰਗਲਾਂ ਦੇ ਵਿੱਚੋਂ ਦੀ, ਤਾਂ ਇਹ ਵੀ ਉੱਦਾਂ ਦਾ ਰਾਹ ਤੇ ਉੱਦਾਂ ਦੀ ਹੈ ਜਦੋਂ ਖੜਦੇ ਵਿੱਚ ਵਾਲੀ ਬਾਰਡਰ ਪਾਰ ਕਰਾਉਂਦੇ ਚੋਰੀ ਛੱਪੀ, ਤੁਹਾਨੂੰ ਜਦੋਂ ਇਹ ਪੱਧਰਾ ਨੀਗਾ ਹੁੰਦਾ ਹੈਗਾ, ਇਹ ਵੀ ਤੁਹਾਨੂੰ ਜਦੋਂ ਬਾਰਡਰ ਤੋਂ ਪਿੱਛੇ ਤੁਹਾਨੂੰ 10 ਕਿਲੋਮੀਟਰ ਤਾਰ ਦੇਣਾ, ਫਿਰ ਤੋਰ ਕੇ ਉਹਨਾਂ ਨੇ ਤੁਹਾਨੂੰ ਬਾਰਡਰ ਵੱਲ ਨੂੰ ਲੈ ਜਾਣਾ ਆ। ਰਸਤੇ ਵਿੱਚ ਬਾਰਡਰ ਵਗੈਰਾ ਵੀ ਆਉਂਦੇ? ਹਾਂਜੀ ਹਾਂਜੀ, ਤਾਰਾਂ ਲੱਗੀਆਂ ਜਿੱਦਾਂ ਆਪਣੇ ਪਾਕਿਸਤਾਨ ਨਹੀਂ, ਆਪਣੇ ਜਦੋਂ ਆਪਾਂ ਯੂਕਰੇਨ ਤੋਂ ਸਲਵਾਗ ਨੂੰ ਜਾਂਦੇ ਉੱਥੇ ਤਾਰ ਲਾਈ ਬਕਾਇਦਾ ਜਿੱਦਾਂ ਆਪਣੇ ਪਾਕਿਸਤਾਨ ਬਾਰਡਰ ਤੇ ਲੱਗੀ ਆ, ਤੇ ਫਿਰ ਉਹਦੇ ਵਿੱਚ ਦੀ ਲੰਘਾਉਂਦੇ ਰਾਤ ਨੂੰ ਚੋਰੀ ਜਿੱਦਾਂ ਰਾਤ ਨੂੰ। ਤੇ ਕਿੰਨੇ ਕੁ ਤੁਸੀਂ ਮੁੰਡੇ ਸੀ ਜਦੋਂ ਇੱਥੋਂ ਦਾ ਸਫ਼ਰ ਸ਼ੁਰੂ ਹੋਇਆ ਸੀ ਉਦੋਂ? ਇੱਥੋਂ ਭਾਅ ਜੀ ਅਸੀਂ ਗਏ ਸੀਗੇ ਤਕਰੀਬਨ 20 ਮੁੰਡੇ ਸੀਗੇ, 20 ਦੇ ਵਿੱਚ ਉਹੀ 3 ਹੀ ਉੱਥੇ ਰਹਿ ਗਏ, ਬਾਕੀ ਮੋੜਾ ਸੀ ਉੱਥੋਂ ਤੁਰਕਮਿਸਤਾਨ ਤੋਂ। ਤਕਰੀਬਨ ਮੇਰਾ 1 ਸਾਲ ਰਾਹ ਚ ਲੱਗ ਗਿਆ, 1 ਸਾਲ 1 ਮਹੀਨੇ ਬਾਅਦ ਮੈਂ ਪਹੁੰਚਿਆ ਜਾ ਕੇ ਇੰਗਲੈਂਡ। 1 ਸਾਲ ਲੱਗ ਗਿਆ ਜੀ? 1 ਸਾਲ 1 ਮਹੀਨੇ ਪੰਜਾਂ ਦਸਾਂ ਚ ਪਹੁੰਚ? ਨਹੀਂ, ਉਦੋਂ ਸਾਡੋ 99 ਦੇ ਵਿੱਚ 1 ਸਾਲ 1 ਮਹੀਨੇ ਬਾਅਦ ਮੈਂ ਪਹੁੰਚਿਆ ਸੀ ਉੱਥੇ। ਫਿਰ ਉੱਥੋਂ ਜਿੱਦਾਂ ਲਾ ਲਓ ਵੀ ਬਸ ਆਹ ਹੀ ਜਿੱਦਾਂ ਕਿਤੇ ਜਿੱਥੇ ਫੜੇ ਗਏ 2 ਮਹੀਨੇ ਅੰਦਰ ਧੱਕ ਕਰਤਾ, ਜਿੱਦਾਂ ਜੇਲ੍ਹਾਂ ਦੇ ਵਿੱਚ ਰਹੇ। ਹਾਂਜੀ ਭਾਜੀ, ਕਦੋਂ ਕੋਈ ਬੰਦਾ ਕ੍ਰਾਈਮ ਕਰਦਾ ਤਾਂ ਜੇਲ੍ਹ ਚੋਂ ਸੁੱਟ ਦਿੰਦੇ ਆ, ਉਹ ਜ਼ਮਾਨਤ ਹੋ ਜਾਂਦੀ ਹੈ, ਜੱਜ ਵਕੀਲ ਤੇ ਸਾਰਾ ਕੁਛ ਹੋ ਜਾਂਦਾ ਇੱਥੇ ਨਾ, ਤੇ ਉਹ ਜੇਲ੍ਹਾਂ ਕਿੱਦਾਂ ਨੇ ਅਸੀਂ ਕੀ ਫਿਰ ਕੁੱਟਦੇ ਵਗੈਰਾ ਵੀ ਹੈਗਾ, ਕਿੱਦਾਂ ਰੱਖਦੇ ਆ? ਜੇਲ੍ਹਾਂ ਤਾਂ ਭਾਜੀ ਹੈਗੀਆਂ ਆਪਣੇ ਤਕਰੀਬਨ ਇੰਡੀਆ ਵਰਗੀ ਆਈਆਂ, ਜਦੋਂ ਇੱਥੋਂ ਆਪਾਂ ਜਾਂਦੇ ਹਾਂ ਨਾ ਲਾ ਲਓ ਆ ਜਿੰਨੇ ਮੁਲਕ ਆ, ਰਸ਼ੀਆ ਦੇ ਹੋ ਗਏ ਪਰੇ ਆ, ਇੱਥੋਂ ਅਫਗਾਨਿਸਤਾਨ ਤੋਂ ਪਰੇ ਤੁਰਕਮਿਸਤਾਨ, ਇਹ ਸਭ ਮਤਲਬ ਕਿ ਗਰੀਬ ਮੁਲਕ ਆ। ਫਿਰ ਅਗਾਂਹ ਯੂਕਰੇਨ ਤਾਂ ਤੁਹਾਨੂੰ ਜੇਲ੍ਹਾਂ ਇਹਦੇ ਨਾਲੋਂ ਵੀ ਇੰਡੀਆ ਨਾਲੋਂ ਵੀ ਭੈੜੀਆਂ ਮਿਲਦੀਆਂ ਹੈ ਜੇ ਕਹੀਏ ਤਾਂ। ਫਿਰ ਜਦੋਂ ਤੁਸੀਂ ਅੰਦਰ ਸਲਵਾਗ ਦੇ ਅੰਦਰ ਐਂਟਰ ਹੋ ਜਾਂਦੇ ਉੱਥੇ ਫਿਰ ਉਹ ਥੋੜ੍ਹਾ ਜਿਹਾ ਯੂਰਪੀਅਨ ਸਟਾਈਲ ਆ ਜਾਂਦਾ, ਉੱਥੇ ਫਿਰ ਥੋੜ੍ਹੀਆਂ ਜੇਲ੍ਹਾਂ ਵਧੀਆ ਆ, ਕਿਉਂਕਿ ਉੱਥੇ ਫਿਰ ਤੁਹਾਨੂੰ ਜਿੱਦਾਂ ਵਧੀਆ ਜੇਲ੍ਹਾਂ ਆ ਜਿੱਦਾਂ ਰੱਖਦੇ ਜਿੱਦਾਂ ਨਾ ਉਹ ਹਿਸਾਬ ਨਾਲ ਯੂਰਪ ਸਟਾਈਲ ਦੇ ਹਿਸਾਬ ਨਾਲ ਫਿਰ ਵਧੀਆ ਥੋੜ੍ਹਾ ਫਰਕ ਪੈ ਜਾਂਦਾ, ਉੱਥੇ ਫਰਕ ਪੈ ਜਾਂਦਾ ਭਾਜੀ। ਜੇਕਰ ਆਪਾਂ ਪੰਜਾਬੀ ਦੀ ਕੋਈ ਤਸੀਹੇ ਵਗੈਰਾ ਵੀ ਦਿੰਦੇ ਆ, ਕੋਈ ਹੋਰ ਵੀ ਕੁੱਟਣ ਤੋਂ ਇਲਾਵਾ ਕੁੱਟਦੇ ਭਾਜੀ? ਜਦੋਂ ਤੁਸੀਂ ਆਹ ਮੁਲਕਾਂ ਦੇ ਵਿੱਚ ਦੀ ਜਾਂਦੇ ਆ ਨਾ, ਜਦੋਂ ਤੁਹਾਨੂੰ ਦੱਸਿਆ ਵੀ ਰਸ਼ੀਆ ਯੂਕਰੇਨ ਨਾਲੇ ਉਹ ਬਹੁਤ ਕੁੱਟਦੇ ਆ, ਕੁੱਟਦੇ ਆ। ਜਦੋਂ ਸਾਨੂੰ ਮੈਨੂੰ ਚੇਤਾ ਆਇਆ ਵੀ ਜਦੋਂ ਅਸੀਂ ਸਲਵਾਗ ਦੀ ਡੌਂਕੀ ਲਾਉਂਦੇ ਸੀ 2 ਵਾਰੀ ਫੜੇ ਗਏ ਸੀਗੇ ਬਾਰਡਰ ਤੋਂ, ਅਤੇ ਉਹਨਾਂ ਨੇ ਪਹਿਲੀ ਵਾਰੀ ਸਾਨੂੰ 1 ਮਹੀਨਾ ਜੇਲ੍ਹ 'ਚ ਰੱਖਿਆ, ਦੂਜੀ ਵਾਰੀ ਉਹਨਾਂ ਨੇ ਸਾਨੂੰ 2 ਮਹੀਨੇ ਸਜ਼ਾ ਕੀਤੀ, ਫਿਰ ਕੁੱਟਦੇ ਵਾਧੂ ਸੀਗੇ, ਛਾਉਣੀ ਸੀਗੀ ਜਿੱਦਾਂ ਮਿਲਟਰੀ ਵਾਲਿਆਂ ਦੀ ਬਾਰਡਰ 'ਤੇ ਹੁੰਦੀ ਆ ਨਾ ਕੈਂਪ ਹੁੰਦਾ ਆ, ਉੱਦਾਂ ਹੀ ਉੱਥੇ ਸਾਨੂੰ ਫਿਰ ਉਹਨਾਂ 3 ਮਹੀਨੇ ਹੀ ਜੇਲ੍ਹ ਕੱਟੀ ਉਹਨਾਂ ਦੇ ਕੋਲ ਕੈਂਪ ਵਾਲਿਆਂ ਦੇ ਆਰਮੀ 'ਚ, ਫਿਰ 3 ਮਹੀਨਿਆਂ ਬਾਅਦ ਅਸੀਂ ਉੱਥੋਂ ਨਿਕਲੇ ਜਿੱਦਾਂ। ਫਿਰ ਉਹ ਦਿਨ ਕਿੱਦਾਂ ਸੀ ਜਦੋਂ ਇੰਗਲੈਂਡ ਦੇ ਵਿੱਚ ਐਂਟਰ ਕਰ ਜਾਂਦੇ ਹੋ? ਉਹ ਵਧੀਆ ਦਿਨ ਸੀ ਭਾਜੀ, ਫਿਰ ਸ਼ੁਕਰ ਕਰੀਦਾ ਸੀਗਾ ਵੀ ਚਲੋ ਪਹੁੰਚ ਗਏ, ਹੁਣ ਇੰਨੇ ਸਾਲ ਮਤਲਬ ਕਿ ਸਾਲ ਇੱਕ ਲੱਗ ਗਿਆ ਰਾਹ 'ਚ ਧੱਕੇ ਖਾ ਖਾ ਕੇ ਨਾ। ਭਾਜੀ ਇੱਕ ਮੈਂ ਗੱਲ ਪੁੱਛਣੀ ਭੁੱਲ ਗਿਆ, ਜਦੋਂ ਅਸੀਂ ਤੁਰੇ ਸੀ ਤਾਂ ਕਿੰਨੇ ਮੁੰਡੇ ਸੀਗੇ? ਉਦੋਂ 20 ਮੁੰਡੇ ਸੀ ਭਾਜੀ। ਕਦੋਂ ਉੱਥੇ ਪਹੁੰਚੇ ਤਾਂ ਉਦੋਂ ਕਿੰਨੇ ਮੁੰਡੇ ਸੀ? ਉਦੋਂ ਮੈਂ ਇਕੱਲਾ ਹੀ ਗਿਆ ਸੀ, ਜਿਹੜੇ ਦੁਨੀਆਂ ਦੇ ਵਿੱਚੋਂ ਇਕੱਲਿਆਂ ਦੀ ਵਾਰੀ। ਫਿਰ ਹਾਂ ਮੈਂ ਜਦੋਂ ਗਿਆ ਸੀਗਾ ਤਾਂ ਮੈਂ ਉਦੋਂ ਇੰਗਲੈਂਡ ਸੀ, ਇੰਗਲੈਂਡ ਮੈਂ ਇਕੱਲਾ ਗਿਆ ਸੀਗਾ, ਤਾਂ ਫਿਰ ਜਿਹੜੇ ਮੇਰੇ ਨਾਲ ਦੇ 2 ਮੁੰਡੇ ਸੀਗੇ ਅਸੀਂ 3 ਜਣੇ ਰਹਿ ਗਏ ਸੀ, 2 ਮੁੰਡੇ ਸੀਗੇ ਜਿੱਦਾਂ, ਅਤੇ ਉਹ ਵਿਚਾਰੇ ਉਹ ਫਿਰ ਕੋਈ ਇੱਕ ਜਰਮਨ ਰਹਿ ਗਿਆ ਅਤੇ ਇੱਕ ਰਹਿ ਗਿਆ ਇਟਲੀ ਚਲੇ ਗਿਆ, ਫਿਰ ਮੈਂ ਇੰਗਲੈਂਡ ਚਲੇ ਗਿਆ। ਤੁਸੀਂ ਇੰਗਲੈਂਡ ਚਲੇ? ਹਾਂਜੀ ਹਾਂਜੀ। ਅਤੇ ਬਾਈ ਇੱਕ ਹੋਰ ਗੱਲ ਆ, ਫਿਰ ਆਪਾਂ ਗਾਇਕੀ ਦੀ ਵੀ ਸ਼ੁਰੂਆਤ ਕਰਨੀ ਆ, ਅਤੇ ਵੀ ਕਦੋਂ ਤੁਸੀਂ ਇੱਥੋਂ ਜਾਂਦੇ ਹੋ? ਗੱਲ ਕੀ ਹੁੰਦਾ ਕਿ ਜਦੋਂ ਮਾਂ ਪਿਓ ਫੋਨ ਕਰਦਾ ਤਾਂ ਫੋਨ ਲੱਗਦਾ ਨਹੀਂ ਹੁੰਦਾ, ਅਤੇ ਘਰ ਦੇ ਜਦੋਂ ਫੋਨ ਕਰਦੇ ਸੀ ਫੋਨ ਵਗੈਰਾ ਤਾਂ ਮੈਂ ਲੱਗਦਾ ਹੁੰਦੇ ਵੀ ਨਹੀਂ ਹੋਣੇ ਜ਼ਿਆਦਾ, ਅਤੇ ਘਰ ਦੇ ਏਜੰਟ ਤੱਕ ਤਾਂ ਪਹੁੰਚ ਕਰਦੇ ਹੋਣਾ ਕਿ ਸਾਡਾ ਮੁੰਡਾ ਕਿੱਥੇ ਗਿਆ? ਹਾਂਜੀ, ਏਜੰਟ ਨੂੰ ਤਾਂ ਕਹਿੰਦੇ ਸੀਗੇ ਪਰ ਏਜੰਟ ਵੀ ਮੋਰੀ ਕੋਈ ਗੱਲ ਨਹੀਂ ਸੁਣਦਾ ਸੀਗਾ, ਕਈ ਵਾਰੀ ਮਿਲਦਾ ਨਹੀਂ ਹੁੰਦਾ ਸੀਗਾ, ਤਾਂ ਪਰ ਉਧਰੋਂ ਹੁਣ ਉਦੋਂ ਤਾਂ ਫੋਨ ਫਾਨ ਵੀ ਨਹੀਂ ਹੁੰਦੇ ਸੀ, ਅੱਜ ਕੱਲ੍ਹ ਤਾਂ ਚਲੋ ਮੁੰਡੇ ਜਾਂਦੇ ਡੌਂਕੀ ਲਾਉਣ ਦੂਜੇ ਦਿਨ ਫੋਨ ਕਰ ਲੈਂਦੇ ਆ ਵੀ ਅਸੀਂ ਇੱਥੇ ਬੈਠੇ ਹਾਂ,
ਪਰ ਉਹ ਟਾਈਮ ਦੇ ਵਿੱਚ ਫੋਨ ਫਾਨ ਨਹੀਂ ਹੁੰਦੇ ਸੀਗੇ ਸਾਡੇ, ਉਦੋਂ 6-6 ਮਹੀਨੇ ਸਾਡੀ ਗੱਲ ਨਹੀਂ ਹੁੰਦੀ ਸੀਗੀ। ਤਾਂ ਫਿਰ ਉੱਥੇ ਇਹ ਆ ਵੀ ਜਿੱਦਾਂ ਕਈ ਵਾਰੀ ਹੁਣ ਮੁੰਡੇ ਕਹਿ ਦਿੰਦੇ ਆ ਵੀ ਰਾਹ 'ਚ ਇੱਦਾਂ ਵੀ ਜੰਗਲ ਦੇ ਵਿੱਚ ਅਸੀਂ ਲੰਘਦੇ ਮਰੇ ਸੀਗੇ। ਅਸੀਂ ਵੀ ਅਸੀਂ ਤਾਂ ਉਦੋਂ ਜਦੋਂ ਸਾਡੀ ਮਾਸਕ ਉਦੋਂ ਡੌਂਕੀ ਲੱਗੀ ਯੂਕਰੇਨ ਦੀ 27-28 ਘੰਟੇ ਦੀ ਸੀ, ਲਗਾਤਾਰ ਤੁਰੇ ਸੀਗੇ ਬਰਫ਼ ਦੇ ਵਿੱਚ ਦੀ, ਬਰਫ਼ ਦੇ ਵਿੱਚ ਦੀ। ਟੈਂਪਰੇਚਰ ਕਿੰਨਾ ਸੀਗਾ ਉਦੋਂ ਲਾ ਲਓ ਵੀ ਮੇਰੇ ਖਿਆਲ ਨਾਲ ਕਿੰਨਾ ਉਹਦਾ ਡਾਊਨ ਸੀਗਾ, ਕਾਫ਼ੀ ਡਾਊਨ ਸੀਗਾ ਰਾਤ ਨੂੰ। ਅਤੇ ਉੱਥੋਂ ਚੱਲਦੇ ਅਸੀਂ ਚੱਲੇ ਹਾਂ ਜਿੱਦਾਂ ਤਾਂ ਮਤਲਬ ਕਿ ਉੱਥੋਂ ਮਾਸਕੋ ਤੋਂ ਜਦੋਂ ਤੋਰਨ ਲੱਗੇ ਸਾਨੂੰ ਉੱਥੋਂ ਮਤਲਬ ਕਿ 27-28 ਘੰਟੇ ਦੀ ਡੌਂਕੀ ਸੀਗੀ ਯੂਕਰੇਨ ਦੀ, ਲਗਾਤਾਰ ਤੁਰ ਕੇ ਕੱਢੇ ਜਿੱਦਾਂ ਬਰਫ਼ਾਂ ਦੇ ਵਿੱਚੋਂ ਦੀ ਭਾਜੀ। ਬਈ ਆਪਾਂ ਕਹੋ, ਮੈਂ ਗੱਲ ਮੈਨੂੰ ਚੇਤੇ ਆ ਜਾਂਦੀ ਹੈ ਵੀ ਆਪਾਂ ਨਾ ਕਦੋਂ ਫਰਿੱਜ ਦੇ ਵਿੱਚ ਬਰਫ਼ ਕੱਢੀਏ, ਹਾਂਜੀ ਹਾਂਜੀ, ਅੱਧਾ ਕੋਈ ਸਕਿੰਟ 20 ਸਕਿੰਟ ਹੱਥ ਤੇ ਇੱਦਾਂ ਟਿੱਕ ਜਾਣਾ ਤੇ ਠੰਡੀ ਲੱਗਦੀ ਹੈ, ਤੇ ਉੱਥੋਂ ਤਾਂ ਫਿਰ ਪੈਰਾਂ ਦੇ ਵਿੱਚੋਂ ਦੀ ਕਿੱਦਾਂ ਠੰਡੀ ਤਾਂ ਲੱਗਦਾ ਹੋਊਗਾ? ਪੈਰ ਭਾਜੀ ਗਲ ਜਾਂਦੇ ਆ ਥੱਲੋਂ ਤੁਹਾਡੇ, ਪੈਰ ਗਲ ਜਾਂਦੇ ਆ। ਲਾ ਲਓ ਜੇ ਤੁਸੀਂ ਸ਼ੂਜ਼ ਨਹੀਂ ਵਧੀਆ ਪਾਏ ਹੈਗੇ, ਜਿਹੜੇ ਬਰਫ਼ ਦੇ ਵਿੱਚ ਸਪੈਸ਼ਲ ਚੱਲਣ ਲਈ ਹੁੰਦੇ ਆ, ਉਹ ਤਾਂ ਕਿੱਥੋਂ ਦਿੰਦੇ? ਜਿਹੜੇ ਡੌਂਕਰ ਡਾਂਕਰ ਹੁੰਦੇ ਆ ਆਪ ਨੂੰ ਲੈਣੇ, ਉਹ ਆਪ ਹੀ ਤੁਸੀਂ ਚੱਲਣਾ ਲੈ ਕੇ, ਤਾਂ ਉਹ ਫਿਰ ਕਈਆਂ ਦੇ ਜਿੱਦਾਂ ਪੈਰ ਗਲ ਜਾਂਦੇ ਆ, ਜਦੋਂ ਜਾਂਦੇ ਤੁਸੀਂ ਪਹੁੰਚਦੇ ਉੱਥੇ ਪੈਰ ਗਲ ਜਾਂਦੇ ਥੱਲੋਂ ਬਰਫ਼ ਦੇ ਵਿੱਚ, ਸੁੰਨ ਹੋ ਜਾਂਦੇ ਆ ਪੈਰ। ਹੁਣ ਸਾਡੇ ਨਾਲ ਮੁੰਡਾ ਸੀਗਾ ਇੱਥੇ ਆਪਣੇ ਕਪੂਰਥਲੇ ਦਾ ਸੀ, ਉਹਦੇ ਕੋਲ ਤੁਰ ਨਹੀਂ ਹੁੰਦਾ ਸੀ ਵਿਚਾਰੇ ਕੋਲੋਂ ਜਿੱਦਾਂ ਨਾ, ਅਤੇ ਉਹ ਬਹੁਤ ਤੰਗ ਸੀਗਾ ਕਿਉਂਕਿ ਜਦੋਂ ਡੌਂਕੀ ਵੀ ਲਾਉਣੀ ਉਦੋਂ ਵੀ ਤੁਹਾਨੂੰ ਮਤਲਬ ਕਿ ਇਹ ਨੀਗਾ ਹੈਗਾ ਵੀ ਹੁਣ ਜੇ ਤੁਸੀਂ ਡੌਂਕੀ ਲਾਉਣੀ ਤਾਂ ਤੁਸੀਂ ਉੱਦਾਂ ਹੀ ਘਰੋਂ, ਤੁਹਾਨੂੰ ਪਤਾ ਵੀ ਪਿੱਛੇ ਮਤਲਬ ਕਿ ਮੋਢਿਆਂ ਦੇ ਚੱਕ ਕੇ ਤੇ ਉਹਨਾਂ ਨੂੰ ਲੈ ਕੇ ਅੱਗੇ ਗਏ ਨਹਿਰੂ ਪਾਰ ਕਰਾਇਆ, ਜਿੱਦਾਂ ਕਿੰਨੀ ਦੂਰ ਤੁਸੀਂ ਚੱਕ ਕੇ ਲੈ ਗਏ ਫਿਰ? ਇਦਾਂ ਹੀ ਭਾਜੀ ਜਿੱਦਾਂ ਲਾ ਲਓ ਵੀ ਇੱਥੋਂ ਹੁਣ ਤੁਰੇ ਹਾਂ ਤੇ ਅੱਧਾ ਕੁ ਕਿਲੋਮੀਟਰ ਤਾਂ ਚੱਕ ਲਈ, ਫੇਰ ਥੱਲੇ ਲਾਹਤੀ ਜਿੱਦਾਂ ਇੱਦਾਂ ਲੈ ਕੇ ਗਏ ਅਸੀਂ ਮੁੰਡੇ ਜਿੱਦਾਂ ਆਪਣੇ ਪੰਜਾਬੀ ਸੀਗੇ ਤੇ ਉਹ ਵਿਚਾਰੀਆਂ ਵੀਅਤਨਾਮ ਦੀਆਂ, ਅਸੀਂ ਦੋ ਵੀਅਤਨਾਮ ਦੇ ਸੀਗੇ ਨਾਲ। ਸਮਝ ਭਾਸ਼ਾ ਲੈਂਗੁਏਜ ਆਉਂਦੀ ਸੀ? ਭਾਸ਼ਾ ਤਾਂ ਨਹੀਂ ਆਉਂਦੀ ਸੀ ਪਰ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ ਸੀ, ਨਾਲ ਉਹਨਾਂ ਦੇ ਵੀਅਤਨਾਮ ਦੇ ਦੋ ਮੁੰਡੇ ਸੀਗੇ, ਤਾਂ ਉਹਨਾਂ ਨੇ ਮਤਲਬ ਕਿ ਉਹਨਾਂ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ ਜਿਹੜੀਆਂ ਵੀਅਤਨਾਮ ਦੀਆਂ ਸੀ। ਅਤੇ ਫਿਰ ਅਸੀਂ ਕਿਹਾ ਯਾਰ ਇੱਥੇ ਵਿਚਾਰੀਆਂ ਬੈਠੀਆਂ ਰਹਿਣਗੀਆਂ ਰਾਤ, ਜਿੱਦਾਂ ਵੀ ਇਹਨਾਂ ਨੂੰ ਕਿੱਥੋਂ ਵੀ ਮਿਲ ਗਈ ਆਪ ਚੱਕ ਲਓ, ਜਿੱਦਾਂ ਇੱਕ ਮੈਂ ਸੀ, ਇੱਕ ਮੁੰਡਾ ਚਾਨੀਆਂ ਤੋਂ ਸੀ, ਇੱਕ ਮੁੰਡਾ ਮੌਲੀ ਤੋਂ ਸੀਗਾ। ਅਤੇ ਫਿਰ ਅਸੀਂ ਉਹ ਇੱਕ ਇੱਕ ਜਾਣੀ ਨੂੰ ਚੱਕ ਕੇ ਥੋੜ੍ਹੀ ਕੁ ਦੂਰ ਚੱਕ ਕੇ ਲੈ ਜਾਈਏ, ਫਿਰ 2 ਮਿੰਟ ਖਲੋ ਜਾਈਏ, ਫਿਰ ਚੱਕ ਲਈਏ, ਜਿੱਦਾਂ ਨਾ ਇੱਦਾਂ ਉਹਨਾਂ ਦੀ ਵਿਚਾਰਿਆਂ ਦੀ ਡੌਂਕੀ ਅਸੀਂ ਲਵਾਈ ਕੁੜੀਆਂ ਦੀ। ਅਤੇ ਬਈ ਇੱਕ ਹੋਰ ਆਮ ਜੀ ਗੱਲ ਹੋ ਜਾਂਦੀ ਹੈ ਪੰਜਾਬ ਵਿੱਚ, ਜਿਹੜੇ ਆਉਂਦੇ ਆ ਬਾਹਰੋਂ ਆਉਂਦੇ ਆ ਮੁੰਡੇ, ਉਹ ਕਹਿੰਦੇ ਇੱਕ ਰਾਹ 'ਚ ਅਸੀਂ ਤਾਂ ਹੱਡੀਆਂ ਦਾ ਪਿੰਜਰ ਦੇਖਿਆ, ਮੁੰਡਾ ਮਰ ਗਿਆ, ਇੱਦਾਂ ਦੇ ਕੋਈ ਰਾਹ 'ਚ ਤੁਸੀਂ ਦੇਖਿਆ ਕੁਛ? ਭਾਅ ਜੀ ਇਹ ਪਤਾ ਗੱਲ ਕੀ ਹੈ, ਇਹ ਜਿਹੜਾ ਨਾ ਹੱਡੀਆਂ ਹੁੱਡੀਆਂ ਦੇਖਣ ਵਾਲੀ ਆ, ਜਾਂ ਲਾਲਾ ਮੁੰਡਾ ਮਰਿਆ ਆ ਉੱਥੇ ਪਿਆ ਹਨਾ, ਇਹ ਇੱਕ ਹਊਆ ਜਿਹਾ ਆ, ਠੀਕ ਹੈ? ਇਹ ਕੋਈ ਲਾ ਲਓ ਕਿਤੋਂ ਇਹ ਗੱਲ ਜਿੱਦਾਂ ਨਹੀਂ ਹੁਣ ਆਪਣੇ ਕਿਸੇ ਨੇ ਗੱਲ ਛੇੜਤੀ ਉਹ ਅਗਾਂ ਦੀ ਅਗਾਂ ਵਾਇਰਲ ਹੋ ਜਾਣੀ ਆ ਹਨਾ, ਉਹ ਜਿਹੜਾ ਵੀ ਬੰਦਾ ਡੌਂਕੀ ਲਾਉਂਦਾ ਕਹਿਣਾ ਜੀ ਮੈਂ ਤਾਂ ਹੱਡੀਆਂ ਦਾ ਪਿੰਜਰ ਦੇਖਿਆ। ਹੱਡੀਆਂ ਦਾ ਭਾਅ ਜੀ ਜਦੋਂ ਆਪਾਂ ਡੌਂਕਰ ਲੈ ਕੇ ਤੁਰਦੇ ਆ ਨਾ ਭਾਅ ਜੀ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ, ਸਾਰਾ ਕੁਛ ਹੋ ਜਾਂਦਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ, ਉਹਨਾਂ ਨੇ ਇਹ ਕਰਨਾ ਜੇ ਤੁਸੀਂ 20 ਬੰਦੇ ਹੁਣ ਤੁਰੇ ਆ ਨਾ, ਤਾਂ ਜੇ ਕੋਈ ਬੰਦਾ ਨਹੀਂ ਤੁਰਿਆ ਜਾਂਦਾ ਉਹ ਕੁਦਰਤੀ ਹੁੰਦਾ ਵੀ ਚਲੋ ਕੋਈ ਨੈਚੁਰਲ ਲਾ ਲਓ ਵੀ ਜਾਂ ਕੋਈ ਹਾਰਟ ਅਟੈਕ ਨਾਲ ਮਰ ਗਿਆ ਰਾਹ ਦੇ ਵਿੱਚ, ਉਹ ਤਾਂ ਵੱਖਰੀ ਗੱਲ ਆ, ਉਹ ਵੀ ਪਰ ਉਹ ਦੱਸ ਦਿੰਦੇ ਆ ਜਿੱਦਾਂ ਵੀ ਇੱਦਾਂ ਦਾਹ ਹੋ ਗਿਆ, ਦੁੱਖ ਤਕਲੀਫ ਹੁੰਦੀ ਆ ਪਰ ਦੱਸ ਦਿੰਦੇ ਵੀ ਦੱਸ ਦਿੰਦੇ ਆ। ਤੇ ਪਰ ਅਸੀਂ ਉਹ 99 ਦੇ ਵਿੱਚ ਸਾਰਾ ਜਿੰਨੀਆਂ ਨੀ ਜਿੱਦਾਂ ਇੰਗਲੈਂਡ ਦੀ ਡੌਂਕੀ, ਯੂਰਪ ਦੀ ਡੌਂਕੀ, ਸਾਰਾ ਇਹੀ ਰੂਟ ਚੱਲਦਾ ਸੀਗਾ। ਉਦੋਂ ਜੇ ਕੈਨੇਡਾ ਨੂੰ ਕੋਈ ਕਹਿੰਦਾ ਸੀ ਤੇ ਕੈਨੇਡਾ ਨੂੰ ਮੂੰਹ ਨਹੀਂ ਕਰਦਾ ਹੁੰਦਾ ਸੀ ਕੋਈ, ਕਹਿਣਾ ਨਾ ਯਾਰ ਵੀ ਇੰਗਲੈਂਡ ਹੀ ਜਾਣਾ ਆ, ਜਾਂ ਨਾ ਕੋਈ ਅਮੈਰੀਕਾ ਨੂੰ ਬਾਹਲਾ ਜਾਂਦਾ ਸੀਗਾ, ਨਾ ਆਸਟ੍ਰੇਲੀਆ ਨੂੰ, ਜ਼ਿਆਦਾ ਯੂਰਪ ਦਾ ਹੁੰਦਾ ਸੀ, ਯੂਰਪ ਨੂੰ, ਇੰਗਲੈਂਡ ਨੂੰ। ਹਾਂ ਬਾਈ ਜੀ, ਤੁਸੀਂ ਮੈਨੂੰ ਇੰਟਰਵਿਊ ਦੇ ਪਹਿਲਾਂ ਗੱਲ ਦੱਸ ਰਹੀ ਸੀ, ਕਹਿੰਦੇ ਕਿ ਉਹ ਜੂਆਂ ਵਗੈਰਾ ਵੀ ਪੈ ਜਾਂਦੀ ਇੱਦਾਂ ਦੇ ਕੋਈ? ਹਾਂਜੀ ਉਹ ਪੈ ਜਾਂਦੀ, ਅਸੀਂ ਹੁਣ ਜਦੋਂ ਯੂਕਰੇਨ ਦੇ ਵਿੱਚ ਹੀ ਅਸੀਂ 3 ਮਹੀਨੇ ਭਾਅ ਜੀ ਨਾਤੇ ਨਹੀਂ ਗਏ, 3 ਮਹੀਨੇ ਟਾਈਮ ਲੰਘੇ, 3 ਮਹੀਨੇ ਲੰਘੇ ਸਾਡੇ ਦੇ। ਮੌਸਮ ਕਿੱਦਾਂ ਦਾ ਸੀ, ਕਿੱਦਾਂ ਇੱਥੇ ਗਰਮੀ? ਮੌਸਮ ਠੰਡਾ ਸੀਗਾ ਭਾਅ ਜੀ, ਠੰਡਾ ਸੀਗਾ। ਅਤੇ ਪਰ ਉਹ ਜਦੋਂ ਅਸੀਂ 3 ਮਹੀਨੇ ਮਿਲਟਰੀ ਦੇ ਕੈਂਪ 'ਚ ਉਹਨਾਂ ਨੇ ਜੇਲ੍ਹ ਕਰਤੀ ਸਾਨੂੰ ਉੱਥੇ ਰਹੇ, ਤਾਂ ਉਹਨਾਂ ਨੇ 3 ਮਹੀਨੇ ਮਿਲਟਰੀ ਵਾਲੇ ਨੇ ਨਹਾਉਣ ਨਹੀਂ ਦਿੱਤਾ। ਤੁਹਾਨੂੰ ਪਤਾ ਮਿਲਟਰੀ ਵਾਲੇ ਕਿੱਦਾਂ ਦੇ ਹੁੰਦੇ ਆ, ਉਹਦੇ ਹੱਥ ਵੀ ਨਹੀਂ ਧੋਣ ਦਿੰਦੇ ਹੁੰਦੇ ਸੀਗੇ ਜਿੱਦਾਂ ਪਿਸ਼ਾਬ ਕਰਕੇ ਨਾ ਜਦੋਂ, ਅਤੇ ਉਹਨਾਂ ਨੇ ਮਗਰੋਂ ਠੁੱਡ ਮਾਰਨ ਆਪਣਾ ਤੁਰੋ ਵੀ ਅਗਾਂ ਨੂੰ ਜਿੱਦਾਂ, ਤਾਂ ਫਿਰ ਉਹਦੇ ਨਾਲ ਚੰਮ ਜੂਵਾਂ ਸਾਡੇ ਚਮੜੀ ਜੂਵਾਂ ਸਕਿੰਨ ਜੂਵਾਂ ਪੈ ਗਈਆਂ, ਫਿਰ ਜਿੱਦਾਂ ਵਾਲਾਂ ਦੀਆਂ ਪੈ ਗਈਆਂ, ਅਤੇ ਬੁਰਾ ਹਾਲ ਹੋ ਗਿਆ ਜਿੱਦਾਂ। ਫਿਰ ਉੱਥੋਂ ਸਾਨੂੰ 3 ਮਹੀਨਿਆਂ ਬਾਅਦ ਉਹਨਾਂ ਨੇ ਛੱਡਿਆ ਸਾਨੂੰ ਉੱਥੋਂ, ਫਿਰ ਅਸੀਂ ਆਪਣੇ ਏਜੰਟ ਨੇ ਸਾਨੂੰ ਉੱਥੋਂ ਫਿਰ ਚੱਕਿਆ ਜਿੱਦਾਂ ਵਿਚਾਰੇ ਨੂੰ, ਉਹਨੇ ਫਿਰ ਖੜਿਆ ਫਲੈਟ 'ਚ, ਉੱਥੇ ਜਾ ਕੇ ਨਾਤੇ, ਅਸੀਂ ਦਾੜੀ ਦੂੜੀ ਕੱਟੀ ਜਿੱਦਾਂ, ਵਾਲ ਵੂਲ ਕੱਟੇ ਆਪਣੇ, ਅਤੇ ਫਿਰ ਵੀ ਜਾ ਕੇ ਜਦ
ਖਾਜ ਨਹੀਂ ਹੱਟੀ ਜਾ ਕੇ 6-7 ਮਹੀਨਿਆਂ ਬਾਅਦ ਜਾ ਕੇ ਖਾਜ ਹੱਟੀ ਹੋਣੀ, ਜਦੋਂ ਇੰਗਲੈਂਡ ਵੀ ਪਹੁੰਚ ਗਈ ਉਦੋਂ ਵੀ ਖਾਜ ਹੁੰਦੀ ਰਹਿੰਦੀ ਹੁੰਦੀ ਕਈ ਵਾਰੀ। 24 ਚੱਲ ਰਿਹਾ ਤਕਰੀਬਨ, ਕਿੰਨੇ ਸਾਲ ਹੋ ਗਏ 24 ਸਾਲ ਤੇ ਚਲਾ ਕੇ ਆਪਾਂ ਗੱਲ ਕਰੀਏ? 24 ਲਾ ਲਓ ਭਾਜੀ, ਤਕਰੀਬਨ 25 ਸਾਲ ਹੋ ਚੱਲੇ ਗੱਲ ਨੂੰ। 25 ਸਾਲ ਹੋ ਗਏ, ਹਾਂਜੀ ਹਾਂਜੀ 25 ਸਾਲ ਹੋ ਗਏ। 25 ਸਾਲ ਦੇ ਵਿੱਚ ਕੀ ਲੱਗਦਾ ਕਿ ਇੰਗਲੈਂਡ ਜਾਣਾ ਹੋਵੇ ਹੁਣ ਕਿੰਨਾ ਕੁਛ ਬਦਲਿਆ? ਭਾਜੀ ਹੁਣ ਬਹੁਤ ਚੇਂਜ ਆ ਗਿਆ ਆ, ਜੇ ਕਹੀਏ ਨਾ ਜਿੱਦਾਂ ਲਾ ਲਓ ਵੀ ਜੇ ਇੰਗਲੈਂਡ ਹੁਣ, ਪਹਿਲੂ ਇਹ ਸੀਗਾ ਵੀ ਜਿੱਦਾਂ ਬੰਦਾ ਰਾਤ ਨੂੰ ਗਿਆ ਆ ਅੱਜ ਦੂਜੇ ਦਿਨ ਕੰਮ ਤੇ ਲੈ ਜਾਈਦਾ ਸੀਗਾ ਵੀ ਕੰਮ ਵਾਧੂ ਹੁੰਦੇ ਸੀ, ਹੁਣ ਇਹ ਆ ਵੀ ਹੁਣ ਕੰਮ ਕੁੰਮ ਨਹੀਂ ਮਿਲਦੇ ਭਾਜੀ ਉੱਥੇ। ਹੁਣ ਕਿੱਦਾਂ ਦੇ ਹਾਲਾਤ ਆ ਉੱਥੇ? ਹੁਣ ਉੱਥੇ ਤੇ ਭਾਜੀ ਕੰਮਾਂ ਦੇ ਮਾੜੇ ਹਾਲਾਤ ਆ, ਕੰਮ ਨਹੀਂ ਮਿਲਦੇ ਹੈਗੇ। ਜਿੱਦਾਂ ਮਿਲਦਾ ਤੇ ਕਿੱਦਾਂ ਦਾ ਮਿਲਦਾ? ਮਿਲਦਾ ਭਾਜੀ ਬਸ ਆਹ ਹੀ ਜਿੱਦਾਂ ਲਾ ਲਓ ਵੀ ਆ ਬਿਲਡਰਾਂ ਦਾ, ਜਿੱਦਾਂ ਹੁਣ ਆਪਣੇ ਮਿਸਤਰੀ ਲੱਗੇ ਘਰ ਬਣਾਉਂਦੇ ਆ, ਇੱਦਾਂ ਉਹਨਾਂ ਦਾ ਲੇਬਰ ਦਾ ਕੰਮ ਮਿਲਦਾ ਮੁੰਡਿਆਂ ਨੂੰ ਜ਼ਿਆਦਾ, ਤਾਂ ਜਾਂ ਫੈਕਟਰੀ ਵਾਲੇ ਆ, ਫੈਕਟਰੀ ਵਾਲੇ ਨਹੀਂ ਰੱਖਦੇ ਆਪਣੇ, ਜਿਹਨਾਂ ਕੋਲ ਪੇਪਰ ਹੈ ਨਹੀਂ ਗੇ ਨਾ ਕਿਸੇ ਦੁਕਾਨ ਵਾਲਾ ਕੋਈ ਰੱਖਦਾ ਆ, ਫਿਰ ਉਹਦੇ ਕਰਕੇ ਉਹ ਵਿਚਾਰਿਆਂ ਨੂੰ ਉਹੀ ਮਤਲਬ ਕਿ ਬਿਲਡਰਾਂ ਨਾਲ ਹੀ ਜਾਣਾ ਪੈਂਦਾ ਆ। ਬਾਈ ਜੀ ਦੇਖੋ, ਆਪਾਂ ਕਿੱਦਾਂ ਗੱਲ ਕਰ ਰਹੇ ਸੀਗੇ ਤਾਂ ਅੱਜ ਵੀ ਮੈਂ ਕਈ ਇੰਟਰਵਿਊ ਕੀਤੀਆਂ ਕਿ ਏਜੰਟ 35-45 82 ਲੱਖ ਰੁਪਇਆ ਜੀ ਲੈ ਕੇ ਬੈਠੇ ਆ, ਤੇ ਉਹਨਾਂ ਦਾ ਦੇਖੋ ਨਾ ਤਾਂ ਭੇਜਦੇ ਆ, ਪੈਸੇ ਲੈ ਲੈਂਦੇ ਆ, ਤੇ ਕੀ ਕਹਿਣਾ ਚਾਹੂਗਾ ਇਹ ਜਿਹੇ ਏਜੰਟਾਂ ਬਾਰੇ? ਭਾਜੀ ਇਹ ਪਤਾ ਗੱਲ ਕੀ ਇਹ ਹੁਣ ਏਜੰਟਾਂ ਦੇ ਬਾਰੇ ਤਾਂ ਕੀ ਕਹਿਣਾ, ਕਿਉਂਕਿ ਕੁਝ ਤਾਂ ਆਪਾਂ ਇਹ ਆ ਵੀ ਚਲੋ ਅੱਜ ਕੱਲ ਇੱਥੇ ਹੁਣ ਹੈ ਵੀ ਕੁਝ ਨੀ ਗਾ, ਜੇ ਦੇਖਿਆ ਜਾਵੇ ਜਾਣਾ ਵੀ ਜ਼ਰੂਰੀ ਆ, ਏਜੰਟ ਜ਼ਰੂਰੀ ਆ, ਤੇ ਕਈ ਵਾਰੀ ਏਜੰਟ ਮਾੜਾ ਮਿਲ ਜੇ ਤਾਂ ਉਹ ਤੁਹਾਨੂੰ ਲੈ ਕੇ ਬਹਿ ਜਾਂਦਾ ਆ, ਤੇ ਪਰ ਇਹ ਆ ਵੀ ਜਦੋਂ ਤੁਸੀਂ ਕਿਤੇ ਜਾਣਾ ਆ ਸਹੀ ਤਰੀਕੇ ਨਾਲ ਜਾਓ। ਅੱਜ ਕੱਲ੍ਹ ਤਾਂ ਉਹ ਟਾਈਮ ਦੇ ਵਿੱਚ ਜਦੋਂ ਅਸੀਂ ਗਏ ਹਾਂ ਭਾਜੀ, ਉਦੋਂ ਦਾ ਵੀਜ਼ਾ ਲੱਗਦਾ ਹੀ ਨਹੀਂ ਹੁੰਦਾ ਸੀਗਾ, ਨਾ ਕੋਈ ਸਟੂਡੈਂਟ ਦਾ ਹੁੰਦਾ ਸੀਗਾ, ਨਾ ਕੋਈ ਵਿਜ਼ਟਰ ਵੀਜ਼ਾ ਹੁੰਦਾ ਸੀਗਾ, ਸਿਰਫ ਇੱਕ ਡੌਂਕੀਆਂ ਦਾ ਰਾਹ ਹੁੰਦਾ ਸੀਗਾ। ਆਹ ਹੁਣ ਤਾਂ ਚਲੋ ਫਿਰ ਵੀ ਬੜੇ ਰਾਹ ਖੁੱਲ੍ਹ ਗਏ, ਕੋਈ ਸਟੂਡੈਂਟ ਆ ਗਿਆ, ਕੋਈ ਵਰਕ ਪਰਮਿਟ ਆ ਗਿਆ ਜਾਂ ਉੱਦਾਂ, ਹੈ ਨਾ, ਹੁਣ ਤਾਂ ਰਾਹ ਸਹੀ ਤਰੀਕੇ ਨਾਲ ਜਾਣਾ ਚਾਹੀਦਾ, ਹੁਣ ਡੌਂਕੀ ਵਾਲਾ ਮਾਹੌਲ ਨਹੀਂ ਕਰ ਰਿਹਾ ਹੈਗਾ। ਠੀਕ ਹੈ, ਤੇ ਬਾਈ ਜੀ ਹੁਣ ਤੁਸੀਂ ਆਪਾਂ ਕਦੋਂ ਤੁਸੀਂ ਉੱਥੇ ਪਹੁੰਚ ਗਏ, ਕੰਮ ਕਰ ਵਧੀਆ, ਬੜੇ ਦੁੱਖਾਂ ਤਕਲੀਫਾਂ ਵੀ ਸਹੀਆਂ, ਤਾਂ ਹੁਣ ਕਿੱਦਾਂ ਦੀ ਉੱਥੇ ਜ਼ਿੰਦਗੀ ਤੁਸੀਂ ਜੀ ਰਹੇ ਹੋ? ਹੁਣ ਭਾਜੀ ਵਧੀਆ ਜ਼ਿੰਦਗੀ ਆ ਵੀ ਕਹੀਏ, ਹੁਣ ਆਨੰਦ ਆ ਮਹਾਰਾਜ ਦੀ, ਟਰਾਲੇ ਟਰੁਲੇ ਵੀ ਪਾ, ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਆ, ਹੁਣ ਜਿੱਦਾਂ ਵੀ ਕਹੀਏ ਜਿੱਦਾਂ ਵੀ ਮਤਲਬ ਕਿ ਹੁਣ ਮਤਲਬ ਜਿੱਦਾਂ ਲਾ ਲਓ ਵੀ ਦੁੱਖ ਦੇਖ ਕੇ ਸੁੱਖ ਮਿਲਦਾ ਭਾਜੀ, ਸੁੱਖ ਹੀ ਮਿਲਦਾ ਹੁਣ ਠੀਕ ਠਾਕ ਵਧੀਆ, ਹੁਣ ਵਧੀਆ ਭਾਜੀ ਸੈੱਟ ਆ ਕੰਮ ਕਾਰ, ਜਿੱਦਾਂ ਵਧੀਆ ਮਹਾਰਾਜ ਦਾ ਸ਼ੁਕਰ ਕਰਦੇ ਦੋਨੇ ਵੇਲੇ ਵੀ ਚਲੋ ਉੱਥੇ ਪਹੁੰਚਾ ਤਾ ਜਿੱਦਾਂ, ਹੈ ਨਾ, ਤੇ ਪਰ ਹੁਣ ਠੀਕ ਹੈ ਕੰਮ ਕਰ। ਟਰਾਲੇ ਦੀ ਗੱਲ ਕਰ ਲਈ, ਟਰਾਲਾ ਪਾ ਵੀ ਲਿਆ ਤੇ ਚਲਾਉਣੇ ਵੀ, ਫਿਰ ਕੀ ਸੋਚ ਲਿਆ ਸੀ ਵੀ ਟਰਾਲਾ ਇਹ ਗੀਤਾ ਵਿੱਚ ਵੀ ਦਿਖਾਉਣਾ ਤੇ ਪਾ ਲਿਆ ਤੇ ਹੁਣ ਇਦਾਂ ਕਰਨਾ? ਹਾਂਜੀ ਹਾਂਜੀ ਉਹ ਫਿਰ ਇਦਾਂ ਸੀਗਾ ਵੀ ਸ਼ੌਂਕ ਤਾਂ ਹੁੰਦਾ ਹੀ ਆ ਤੁਹਾਨੂੰ, ਬਿਲਕੁਲ ਸ਼ੌਂਕ। ਹੁਣ ਆਪਣੇ ਜ਼ਿਆਦਾਤਰ ਮੁੰਡੇ ਉੱਧਰ ਵੀ ਜਿਹੜੇ ਜਾਂਦੇ ਆ ਭਾਜੀ, ਉਹ ਜ਼ਿਆਦਾ ਆਪਣੇ ਲਾ ਲਓ ਜਾਂ ਡਰਾਈਵਰ ਆ, ਤੇ ਜ਼ਿਆਦਾਤਰ ਤਾਂ ਮੁੰਡੇ ਡਰਾਈਵਰਿੰਗ ਕਰਦੇ ਆ, ਜਿੱਦਾਂ ਲਾ ਲਓ ਕੈਨੇਡਾ ਅਮੈਰੀਕਾ 'ਚ ਬਹੁਤ, ਇੰਗਲੈਂਡ 'ਚ ਘੱਟ ਆ ਮੁੰਡੇ ਆਪਣੇ, ਤੇ ਪਰ ਉੱਧਰ ਜ਼ਿਆਦਾ ਇਸੇ ਕੰਮ ਲਈ ਆ। ਜਿੱਦਾਂ ਇੰਗਲੈਂਡ 'ਚ ਰਹਿੰਦਿਆਂ ਤੁਸੀਂ ਗਏ ਹੋ, ਕਿਉਂ ਤੁਸੀਂ ਜਾ ਰਹੇ ਸੀਗੇ ਤਾਂ ਥੋੜ੍ਹਾ ਅੱਗੇ ਕੋਈ ਨਾ, ਬਿਲਕੁਲ ਤੁਸੀਂ ਜਾ ਰਹੇ ਸੀ ਰਸਤੇ 'ਚ, ਦੇਖੋ ਬੰਦਾ ਕਿਹਰ ਕੀ ਹੁੰਦਾ ਕਿ ਬੰਦਾ ਬੜਾ ਦੁਖੀ ਬੈਠਾ ਹੁੰਦਾ ਵੀ ਭੱਜ ਨਹੀਂ ਆਈ, ਪਤਾ ਨਹੀਂ ਕੀ ਬਣਨਾ, ਤੇ ਅਚਾਨਕ ਕੋਈ ਹਾਸੇ ਵਾਲੀ ਗੱਲ ਘਟਨਾ ਵਾਪਰ ਜਾਂਦੀ ਹੈ, ਇੱਦਾਂ ਦਾ ਕੁਛ ਹੋਇਆ? ਅਚਾਨਕ ਭਾਜੀ ਹਾਸੇ ਵਾਲੀ ਬਸ ਕੋਈ ਨਹੀਂ, ਸਿਰਫ ਐਵੇਂ ਕਹੀਏ ਜਦੋਂ ਤਾਂ ਇੱਥੋਂ ਤੁਰ ਪਏ ਆ ਇੰਗਲੈਂਡ ਵੱਲੋਂ, ਜਦੋਂ ਦਿੱਲੀਓ ਚੜ੍ਹੇ ਆ, ਤੇ ਬਸ ਉਹ ਸਾਲ ਜਿਹੜਾ ਲੰਘਿਆ ਉਹ ਬਸ ਦੁੱਖ 'ਚ ਲੰਘਿਆ, ਕੋਈ ਮਤਲਬ ਕਿ ਹੱਸ ਕੇ ਨਹੀਂ ਦੇਖਿਆ, ਕੁਝ ਨਹੀਂ ਗਾ, ਜਿੱਦਾਂ ਲਾ ਲਓ ਬਸ ਸਾਰੀ ਦਿਹਾੜੀ ਸੋਚ ਲੰਘ ਜਾਣੀ, ਜੇ ਕਿਤੇ ਜੇਲ੍ਹ 'ਚ ਬੈਠੇ ਰਹਿਣਾ, ਜੇਲ੍ਹਾਂ ਬਹੁਤ ਮਾੜੀਆਂ ਭਾਜੀ ਇਹਨਾਂ ਮੁਲਕਾਂ ਦੀਆਂ, ਜਿੱਦਾਂ ਨਾ ਕੋਈ ਮਤਲਬ ਕਿ ਉੱਥੇ ਮਤਲਬ ਕਿ ਤੁਹਾਡਾ ਕੋਈ ਮਤਲਬ ਕਿ ਇੱਥੇ ਨਾਲੋਂ ਇੰਡੀਆ ਨਾਲੋਂ ਮਤਲਬ ਕਿ ਜੇ ਮੈਂ ਕਹਾਂ ਹੁਣ ਜਿੱਦਾਂ ਇੰਡੀਆ ਵੀ ਥੋੜ੍ਹਾ ਜਿਹਾ ਬੈਟਰ ਹੋ ਗਿਆ ਜਿੱਦਾਂ, ਪਰ ਉੱਧਰ ਉਹ ਟਾਈਮ 'ਚ ਬਹੁਤ ਮਾੜੀਆਂ ਜੇਲ੍ਹਾਂ ਸੀਗੀਆਂ। ਹੁਣ ਫੁੱਲ ਨਜ਼ਾਰੇ ਲੈ ਰਹੇ ਹੋ ਪੂਰੇ? ਹਾਂਜੀ ਹਾਂਜੀ ਹੁਣ ਵਧੀਆ ਭਾਜੀ, ਜਿੱਦਾਂ ਬਾਕੀ ਇਹ ਜਿੱਦਾਂ ਕਈ ਹੁਣ ਮੁੰਡੇ ਕਹਿੰਦੇ ਵੀ ਇੱਥੇ ਜਦੋਂ ਹੱਡੀਆਂ ਹੁੱਡੀਆਂ ਦੀ ਗੱਲ ਆ, ਜਿੱਦਾਂ ਇਹ ਤਾਂ ਭਾਜੀ ਜਿੱਦਾਂ ਹੁਣ ਉੱਥੋਂ ਅਸੀਂ ਜਦੋਂ ਡੌਂਕੀ ਲਾਉਂਦੇ ਸੀ ਉਹ ਕੀ ਕਰਦੇ ਆ ਨਾ, ਜਦੋਂ ਆਪਾਂ ਯੂਕਰੇਨ ਤੋਂ ਸਲਵਾਗ ਦੀ ਲਾਈ ਆ ਨਾ ਡੌਂਕੀ, ਤਾਂ ਉਦੋਂ ਅਸੀਂ ਮਤਲਬ ਕਿ ਤਕਰੀਬਨ ਮੇਰੇ ਖਿਆਲ 20-21 ਮੁੰਡੇ ਸੀਗੇ, ਉਹ ਦੋ ਤਿੰਨਾਂ ਜਾਣੇ ਕੋਲ ਤੁਰਿਆ ਨਹੀਂ ਜਾਂਦਾ ਸੀ, ਤੇ ਫਿਰ ਉਹਨਾਂ ਨੂੰ ਉਹਨਾਂ ਨੇ ਡੌਂਕਰਾਂ ਨੇ ਉੱਥੇ ਬਿਠਾ ਤਾ, ਕਹਿੰਦਾ ਇੱਥੇ ਬੈਠੇ ਰਹੋ ਜਿੱਦਾਂ, ਤੇ ਤੁਹਾਨੂੰ ਬਾਅਦ 'ਚ ਅਸੀਂ ਚੱਕ ਕੇ ਖੜਾ ਗਿਆ ਆਣ ਕੇ, ਤਾਂ ਉੱਥੇ ਬੈਠੇ ਰਹੇ ਜਿੱਦਾਂ। ਬਾਕੀ ਉਹਨਾਂ ਨੂੰ ਇਹ ਹੁੰਦਾ ਵੀ ਜਿਹੜੀ ਬਾਕੀ ਡੌਂਕੀ ਆ ਜਿੱਦਾਂ ਇਹਨੂੰ ਅਸੀਂ ਸਿਰੇ ਲਾ ਦਈਏ ਵੀ ਉਹਨਾਂ ਨੂੰ ਉੱਥੇ ਬਿਠਾ ਦਈਏ ਜਿੱਦਾਂ,
ਵੀ ਬਾਅਦ ਚ ਉਹਨਾਂ ਦਾ ਦੇਖਦੇ ਉਹ ਕੀ ਕਰਦੇ ਜਦੋਂ ਆਪਣੀ ਦੂਜੀ ਡੌਂਕੀ ਮੁੰਡੇ ਸਿਰੇ ਬਾਰਡਰ ਪਾਰ ਕਰ ਜਾਂਦੇ ਲੰਘ ਜਾਂਦੇ ਆ, ਫਿਰ ਉਹ ਮਿਲਟਰੀ ਵਾਲਿਆਂ ਨੂੰ ਫੋਨ ਕਰ ਦਿੰਦੇ ਆਪ ਹੀ ਵੀ ਉੱਥੋਂ ਡੌਂਕੀ ਚੱਲੀ 21 ਬੰਦਿਆਂ ਦੀ ਅਤੇ ਮਤਲਬ ਕਿ ਉਹ ਰਾਹ ਦੇ ਵਿੱਚ ਹੀ ਫਸੀ ਆ, ਜਿੱਦਾਂ ਤਾਂ ਉੱਥੇ ਫੜ ਲਓ ਜੇ ਫੜਨੇ ਤਾਂ ਉਹ ਫਿਰ ਸਾਨੂੰ ਚੇਤਾ ਆ ਵੀ ਜਦੋਂ ਉਹਨਾਂ ਨੇ ਮਤਲਬ ਕਿ ਨਾ ਸੁਣਿਆ ਜਿੱਦਾਂ ਵੀ ਡੌਂਕੀ ਉੱਥੇ ਮੁੰਡੇ ਸੀਗੇ ਤਿੰਨ ਫਸੇ, ਉਹ ਡੌਂਕਰ ਨੇ ਫੋਨ ਕਰਤਾ ਜਿੱਦਾਂ ਉਹਨਾਂ ਨੂੰ ਜਦੋਂ ਸਾਨੂੰ ਬਾਰਡਰ ਪਾਰ ਕਰਾਤਾ, ਉਹਨਾਂ ਨੇ ਨਾਲ ਹੀ ਹੈਲੀਕਾਪਟਰ ਉੱਪਰ ਚਾੜਤੇ ਜਿੱਦਾਂ ਨਾਲ ਹੀ ਉਹਨਾਂ ਨੇ ਚਾੜਤੇ ਹੈਲੀਕਾਪਟਰ, ਉਹਨਾਂ ਨੇ ਫਿਰ ਉੱਥੋਂ ਰਿਸਰਚ ਸ਼ੁਰੂ ਕਰ ਲਈ, ਰਿਸਰਚ ਸ਼ੁਰੂ ਕੀਤੀ ਤਾਂ ਉੱਥੋਂ ਫਿਰ ਤਿੰਨ ਮੁੰਡੇ ਉਹਨਾਂ ਨੇ ਜਿਹੜੇ ਉੱਥੇ ਛੱਡ ਕੇ ਆਉਂਦੇ ਸੀ ਉਹਨਾਂ ਨੇ ਫੜ ਲਿਆਂਦੇ, ਉਹਨਾਂ ਨੇ ਜਿੱਦਾਂ ਲੱਭ ਲਏ ਉਹਨਾਂ ਨੂੰ, ਫਿਰ ਪੁੱਛਣ ਵੀ ਜਿਹੜੇ ਦੂਜੇ ਮੁੰਡੇ ਉਹ ਕਿੱਧਰ ਗਏ, ਜਿਹੜੇ 21 ਜਾਣੇ ਸੀਗੇ ਵੀ ਤੁਹਾਡੀ 21 ਜਾਣਿਆਂ ਦੀ ਡੌਂਕੀ ਤੁਰੀ ਇੱਥੋਂ ਦੇ ਦੂਜੇ ਕਿੱਧਰ ਗਏ ਆ, ਉਹ ਕਹਿੰਦੇ ਉਹ ਤਾਂ ਚਲੇ ਗਏ ਆ, ਕਿਉਂਕਿ ਜਿਹੜੇ ਡੌਂਕਰ ਵੀ ਹੁੰਦੇ ਫਿਰ ਇਸ ਹਿਸਾਬ ਨਾਲ ਫੋਨ ਕਰਦੇ ਆ, ਉਹਨਾਂ ਨੇ ਫਿਰ ਪੂਰਾ ਗਰੁੱਪ ਹੀ ਦੱਸ ਦੇਣਾ ਵੀ ਇੰਨੇ ਮੁੰਡੇ ਆ ਉੱਥੇ, ਪਰ ਉਹ ਹੁੰਦੇ ਉੱਥੇ ਦੋ ਹੀ ਆ, ਉਹਨਾਂ ਨੂੰ ਫਿਰ ਉਹ ਇੱਦਾਂ ਲੱਭ ਲੈਂਦੇ। ਬਾਕੀ ਜਿੱਦਾਂ ਹੱਡੀਆਂ ਹੁੰਡੀਆਂ ਦੀ ਭਾਜੀ ਇਹਦਾ ਝੂਠੀਆਂ ਗੱਲਾਂ, ਇਹ ਪਤਾ ਗੱਲ ਕੀ ਕੁਦਰਤੀ ਨਾ, ਜਿੱਦਾਂ ਹੁਣ ਲਾ ਲਓ ਵੀ ਇਹ ਕਿਤੇ ਹੈਗਾ, ਲਾ ਲਓ ਵੀ ਪਹਿਲੂ ਕੋਈ ਮੁੰਡਾ ਉੱਦਾਂ ਕੋਈ ਵਿਚਾਰਾ ਕੋਈ ਅਟੈਕ ਨਾ ਮਰ ਗਿਆ ਜਾਂ ਲਾ ਲਓ ਉੱਦਾਂ ਕੋਈ ਕੁਦਰਤੀ ਤੌਰ 'ਤੇ ਡੈਥ ਹੋ ਗਈ, ਉਹ ਤਾਂ ਕਰ ਨਹੀਂ ਸਕਦੇ ਕੁਝ ਵੀ ਜਿੱਦਾਂ। ਬਾਕੀ ਇਹ ਵੀ ਜਿੱਦਾਂ ਐਵੇਂ ਕਈ ਹੁਣ ਕਰਿਆ ਉਹਨਾਂ ਨੇ ਛੱਡ ਦੇਣਾ ਤੁਹਾਨੂੰ ਉੱਥੇ ਵੀ ਇੱਥੇ ਬਹਿ ਜਾ ਜਿੱਦਾਂ, ਬਾਕੀ ਉਹਦੀ ਕਿਸਮਤ ਹੁੰਦੀ ਵੀ ਜੇ ਤਾਂ ਉਹਨਾਂ ਦੇ ਆਉਂਦਿਆਂ 'ਤੇ ਟਾਈਮ ਕੱਢ ਲਿਆ ਉਹਨਾਂ ਨੇ, ਉਹ ਕੀ ਹੁੰਦਾ ਵੀ ਉਹਨਾਂ ਕਿੰਨੇ ਮੀਲ ਦਾ ਹੁੰਦਾ ਬਾਰਡਰ, ਉਹਨਾਂ ਨੇ ਦੂਜੇ ਗਏ ਸਾਰੇ ਜਿੱਦਾਂ ਗਰੁੱਪ ਨੂੰ ਪਾਰ ਕਰਾ ਕੇ, ਤਾਂ ਫਿਰ ਉਹਨਾਂ ਨੂੰ ਮਿਲਟਰੀ ਵਾਲਾ ਉਹਨਾਂ ਨੂੰ ਫੋਨ ਕਰਨਾ ਪੁਲਿਸ ਵਾਲਿਆਂ ਨੂੰ ਪੂਰੀ ਸੇਫਟੀ ਕਰਕੇ, ਹਾਂ ਵੀ ਸਾਡੇ ਦੂਜੇ ਬੰਦੇ ਵੀ ਨਾ ਫੜੇ ਜਾਣ, ਫਿਰ ਉਹਨਾਂ ਨੇ ਕਰਨਾ ਵੀ ਉਹ ਬੰਦੇ ਉੱਥੇ ਬੈਠੇ ਆ, ਫਿਰ ਉਹਨਾਂ ਨੇ ਰਿਸਰਚ ਕਰਨੀ ਉੱਥੋਂ ਬੰਦੇ ਲੱਭ ਲੈਂਦੇ ਆ। ਹਾਂ ਕੁਦਰਤੀ ਹੈਗਾ ਕਿਤੇ ਹਜ਼ਾਰਾਂ ਲੱਖਾਂ ਦੇ ਵਿੱਚੋਂ ਇੱਕ ਅੱਧਾ ਬੰਦਾ ਕਿਤੇ ਇੱਦਾਂ ਪੂਰਾ ਹੋ ਗਿਆ ਹੋਵੇ ਤਾਂ ਕਿਤੇ ਹੱਡੀਆਂ ਹੁੱਡੀਆਂ, ਉੱਦਾਂ ਨੀਗਾ ਹੈਗਾ ਇੱਦਾਂ ਭਾਜੀ, ਮਗਰ ਫਿਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ, ਉਹਨਾਂ ਪੈਸਾ ਲਿਆ ਹੁੰਦਾ ਆ। ਤੇ ਭਾਈ ਜੀ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦਿਓ ਦੁਬਾਰਾ ਕੋਈ। ਮੇਰਾ ਨਾਂ ਭਾਜੀ MS ਚੀਮਾ ਆ ਸਿੰਘ, ਚੀਮਾ ਦੇ ਨਾਂ ਤੇ ਸਰਚ ਕਰ ਸਕਦੇ ਆ। ਹਾਂਜੀ ਨਾਂ ਤੇ ਰਿਸਰਚ YouTube ਤੇ ਕਰ ਸਕਦੇ, Facebook ਤੇ ਕਰ ਸਕਦੇ MS ਚੀਮਾ ਜਿੱਦਾਂ। ਤੇ MS ਚੀਮਾ ਜੀ ਪੂਰਾ ਆਪਾਂ ਨਾਮ ਲਈਏ ਤਾਂ ਕੀ ਹੈ? ਉਦਾਂ ਮੇਰਾ ਨਾਂ ਭਾਜੀ ਹੈਗਾ ਆ, ਪੂਰਾ ਨਾਂ ਹੈਗਾ ਮਲਕੀਤ ਸਿੰਘ ਆ, ਮਲਕੀਤ, ਫਿਰ ਉਹੀ ਸ਼ਾਰਟ ਨਾਂ ਰੱਖ ਲਿਆ ਸੀ MS ਚੀਮਾ ਕਰਕੇ ਨਾ ਜਿੱਦਾਂ। ਤੇ ਭਾਈ ਜੀ ਕੋਈ ਖਾਸ ਦਿਲ ਦੀ ਗੱਲ ਦਰਸ਼ਕਾਂ ਦੇ ਸਾਹਮਣੇ ਰੱਖਣੀ ਚਾਹੀਦੀ? ਦਿਲ ਦੀਆਂ ਗੱਲਾਂ ਤੇ ਬਹੁਤ ਆ ਭਾਜੀ, ਹੁਣ ਕਿਤੇ ਅਗਲੀ ਵਾਰ ਨੂੰ ਆਵਾਂਗੇ ਫੇਰ ਕਰਾਂਗੇ ਜਦੋਂ ਬਹਿ ਕੇ ਜਿੱਦਾਂ। ਤਿਆਰੀ ਵੀ ਹੈ? ਹਾਂਜੀ ਹੁਣ ਮੈਂ ਬਸ ਅੱਜ ਹੀ ਸੀਗਾ ਟਾਈਮ, ਕੱਲ੍ਹ ਨੂੰ ਸਵੇਰ ਨੂੰ ਮੈਂ ਚੱਲ ਜਾਣਾ ਆ, 7 ਵਜੇ ਘਰੋਂ ਨਿਕਲ ਜਾਣਾ ਆ, ਕੱਲ੍ਹ ਦੀ ਫਲਾਈਟ ਆ, ਵਾਪਸੀ ਆ ਕੱਲ੍ਹ ਨੂੰ, ਅਤੇ ਹੁਣ ਮੈਨੂੰ 5 ਹਫ਼ਤੇ ਹੋ ਗਏ ਆਏ ਨੂੰ ਜਿੱਦਾਂ ਇੱਥੇ, ਤਾਂ ਹੁਣ ਬਸ ਕੱਲ੍ਹ ਦੀ ਵਾਪਸੀ ਭਾਜੀ, ਫਿਰ ਅਗਲੀ ਵਾਰ ਨੂੰ ਆਵਾਂਗੇ, ਅਗਲੀ ਵਾਰ ਨੂੰ ਮਿਲਾਂਗੇ ਜ਼ਰੂਰ ਆਪਾਂ ਭਾਜੀ, ਨੈਕਸਟ ਟਾਈਮ ਵੀ ਆਪਾਂ ਤੁਹਾਡੇ ਇੰਟਰਵਿਊ ਕਰਕੇ ਜਾਵਾਂਗੇ, ਤੁਹਾਨੂੰ ਮਿਲ ਕੇ ਜਾਵਾਂਗੇ। ਠੰਡ ਉਦੋਂ ਥੋੜ੍ਹਾ ਆਊਂਗਾ, ਠੰਡ 'ਚ ਨਾ ਜਿੱਦਾਂ 10-12 ਮਹੀਨੇ, ਪਰ ਐਤਕੀ ਵੀ ਜਿੱਦਾਂ ਇੱਥੇ ਗਰਮੀ ਬਹੁਤ ਆ, ਖਲੋ ਨਹੀਂ ਹੁੰਦਾ ਹੈਗਾ ਇੰਨੀ ਗਰਮੀ ਹੈ ਨਾ, ਅਤੇ ਅਸੀਂ ਤਾਂ ਐਤਕੀ ਝੋਨਾ ਚਾਹੁੰਦਾ ਵੀ ਸਾਰਾ ਆਪ ਹੀ ਲਾਇਆ ਇੱਥੇ, ਅਤੇ ਪਰ ਹੁਣ ਹੁਣ ਵਾਪਸੀ ਦਾ ਟਾਈਮ ਹੋ ਗਿਆ, ਬਸ ਚੱਲੀਏ ਪਰਦੇਸੀਆਂ ਨੂੰ, ਘਰ ਨੂੰ ਜਾਣਾ ਹੀ ਪੈਣਾ ਆ। ਬਿਲਕੁਲ ਜੀ, ਵੀ ਰਹਿ ਕੇ ਵੀ ਨਹੀਂ ਸਰਦਾ ਇੱਥੇ, ਮਗਰ ਵੀ ਹੈਗਾ ਆ ਫਿਰ ਜਿੱਦਾਂ ਸਾਰਾ ਕੁਝ ਹੈ ਨਾ। ਬਹੁਤ ਬਹੁਤ ਧੰਨਵਾਦ, ਫਿਰ ਜ਼ਰੂਰ ਆਪਾਂ ਮਿਲਾਂਗੇ ਜਿੱਦਾਂ ਮੇਰਾ ਵੀਰ ਅਗਲੇ ਸਾਲ ਨਾ, ਜ਼ਰੂਰ ਜੀ ਜ਼ਰੂਰ।